ਸਾਰੇ ਵੀਰਾਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਜਾਣਾ ਮਨੇ ਵੀਰ ਦੇ ਖੇਤਾਂ 'ਚ ਤੇ ਉਹਦੀ ਬੀਬੀ ਕਹਿੰਦੀ ਦੀ ਵੀ ਸਾਗ ਹੋਇਆ ਪਿਆ। ਇੱਕ ਤਾਂ ਸਾਗ ਤੋੜ ਕੇ ਲਿਆਉਣਾ ਹੈ ਤੇ ਉਹ ਵੀ ਕਈ ਕੰਮ ਕਰਦੇ ਆ ਤੇ ਥੋੜੇ ਜਿਹਾ ਉਹਨਾਂ ਗੱਲ ਵੀ ਕੰਮ ਕਰਾਉਣੇ ਆ, ਹਲਦੀ ਵੱਟਣੀ ਆ, ਹੋਰ ਵੀ ਕੰਮ ਕਰਨੇ ਆ। ਤੇ ਹੁਣ ਆਪਾਂ ਚੱਲਦੇ ਉਹਦੇ ਖੇਤਾਂ ਨੂੰ, ਚੱਕਦੇ ਆ ਬੋਲਟ ਮੋਟਰਸਾਈਕਲ, ਕਿਉਂਕਿ ਉਹਦੇ ਖੇਤ ਹੈਗੇ ਥੋੜ੍ਹੀ ਦੂਰ, ਤਾਂ ਕਰਕੇ ਫਿਰ ਮੋਟਰਸਾਈਕਲ 'ਤੇ ਜਾਣਾ ਪੈਣਾ ਹੈ। ਵੀਡੀਓ ਦੇ ਨਾਲੇ ਬਣੇ ਰਹੋ ਜੀ ਅਤੇ ਵੀਡੀਓ ਕਰਦੇ ਸ਼ੁਰੂ, ਚੱਲਦੇ ਸਿੱਧਾ ਹੀ ਹੁਣ ਉਹਦੇ ਕੋਲ ਵੀਰ ਕੋਲ। ਮੈਨੂੰ ਚਾਬੀ ਤਾਂ ਆਉਣੇ ਰਹਿ ਗਈ ਤੀ ਲੱਗੀ ਵੀ, ਨਿਊਟਲ ਕਰਕੇ ਮਾਰੀ ਇੱਕ ਇੱਕ। ਚੱਲਦੇ ਫਿਰ ਸਿੱਧਾ ਹੀ ਭਰਾ ਕੋਲੋਂ, ਆਪਣੇ ਕੋਲੋਂ। ਆ ਦੇਖੋ ਲਾਈਟ ਬਲਬ ਵੀ ਹੋ ਗਿਆ ਨਿਊਟਲ, ਆ ਸੁੱਚ ਕਰੀ ਔਨ, ਇਹ ਤਾਂ ਬੰਦ ਕਰਿਆ ਹੁੰਦਾ ਹੈ। ਪਹਿਲੀ ਕਿੱਕ ਸਟਾਰਟ ਸਾਡਾ ਜਾਮਾ ਸਟਾਰਟ ਹੈ, ਹੁਣ ਦੇ ਕੇ ਚੱਲਦੇ ਇਹਨੂੰ ਖੇਤਾਂ ਨੂੰ। ਜੀ ਹੁਣ ਆਪਾਂ ਪਹੁੰਚ ਗਏ ਮਨੇ ਦੇ ਖੇਤਾਂ 'ਚ। ਆ ਖੜਾ ਉਹਦਾ ਰੇੜਾ ਅਤੇ ਉਹ ਬੈਠਾ ਬੱਚਾ ਸਾਹਮਣੇ ਲੱਗਿਆ ਪਿਆ ਜੀ ਮੁੰਡਾ ਪਾਣੀ ਲਾਉਣ। ਉਹ ਬੈਠਾ ਖੜਾ ਹੋ ਮੜਾ ਆ, ਉਹ ਮਨੇ ਖੜਾ ਹੋਈ ਮੜੇ ਆ। ਉਹ ਇੱਕ ਮੁੰਡਾ ਨਾਲ ਆਇਆ ਵਾ, ਉਹਦੇ ਬੀਬੀ ਵੀ ਆਈ ਵੀ, ਸਾਰੇ ਆਏ ਪਏ। ਚੱਲਦੇ ਕੋਲ ਲੁੱਥੀ ਮਿਲਾਉਂਦੇ ਤੁਹਾਨੂੰ ਜਾ ਕੇ। ਤੁਹਾਡੀਆਂ ਬਹੁਤ ਹੀ ਪਿਆਰੀਆਂ ਉਮੀਦਾਂ ਦੇ ਨਾਲ ਬੰਦੇ ਕੋਲ ਪਹੁੰਚ ਗਏ। ਕਿਵੇਂ ਆ ਭਾਈ ਸਾਹਿਬ, ਕਿਆ ਚੱਲਦਾ ਅੱਜ ਕੱਲ੍ਹ? ਕਟਾਈ ਨਾਲ 10 ਦੀ ਕਟਾਈ, ਇੰਨੀ ਹਵਾ, ਪਾਣੀ ਲਾਉਣਾ 10। ਪਹਿਲਾਂ ਆਪਣਾ ਦਰਦ ਦੱਸ, ਦਿਲ ਦਾ ਦਰਦ ਇਹ ਹੈ ਕਿ ਪਾਣੀ ਲਾਉਣਾ ਵੀਰੇ, ਕਿਉਂਕਿ ਇੰਨੇ ਨਾ ਦੂਜਾ ਪਾਣੀ ਜਦੋਂ ਲਾਉਣਾ ਤਾਂ ਨਾ ਸਪਰੇਅ ਰਹਿੰਦੀ ਤੀ, ਕਹਿੰਦਾ ਵੀ ਚਲੋ ਸਪਰੇਅ ਕਰਕੇ ਲਾ ਦੂਗਾ, ਤੇਲਾ ਹੋ ਗਿਆ ਤਾਂ ਜ਼ਿਆਦਾ, ਤਾਂ ਕਰਕੇ ਪਾਣੀ ਲੱਗਿਆ ਨਹੀਂ ਹੈਗਾ। ਹੁਣ ਹਵਾ ਚੱਲੀ ਜਾ ਰਹੀ ਹੈ, ਪਾਣੀ ਲੇਟ ਹੋ ਰਿਹਾ। ਮੈਂ ਨਹੀਂ, ਮੈਨੂੰ ਕਈ ਸਲਾਹਕਾਰਾਂ ਨੇ ਰੋਕਿਆ। ਚਲੋ ਰੋਕਿਆ, ਜੱਗਾ ਹੋ ਗਿਆ, ਇੱਕ ਇਹ ਹੋ ਗਿਆ, ਨਹੀਂ ਪਹਿਲਾਂ ਉਹ ਕਰ ਕਹਿੰਦੇ ਸਪਰੇਅ ਕਰ। ਚਲੋ ਸਪਰੇਅ ਵੀ ਜ਼ਰੂਰੀ ਸੀ ਤੇਲਾ ਪੈ ਗਿਆ ਤਾਂ। ਅਤੇ ਹੁਣ ਤਾਂ ਰੱਬ ਨਾ ਤਾਂ ਮੀਂਹ ਪਾ ਰਿਹਾ ਏ, ਹਵਾ ਚਲਾਰੀ ਜਾ ਰਿਹਾ ਏ। ਜੇ ਕਹਿੰਦਾ ਵੀ ਮਨਾ ਕਹਿੰਦਾ ਵੀ ਪਾਣੀ ਲਾ ਤਾਂ ਗਿਰਨੇ ਦਾ ਰਿਸਕ, ਮਤਲਬ ਭਾਰੀ ਹੋ ਗਿਆ ਗਿਰਨੇ ਦਾ ਰਿਸਕ। ਕੱਖ ਕਾਰ ਲੱਗੇ ਹੋਏ ਜੀ, ਵੱਢਣ ਲੈ ਦਿੰਦੇ ਪੜ ਦੇਣੇ, ਬੜੇ ਬੜੇ ਭਾਈ। ਆਹ ਬੀਬੀ ਕਹਿੰਦੀ ਵੀ ਸਾਗ ਲਿਆਈ, ਕਹਿੰਦੀ ਮਨਾ ਨਹੀਂ ਤਾਂ ਮਨੇ ਖਾਂਦਾ ਨੀ ਹੈਗਾ, ਇਹ ਖਾਂਦਾ ਨੀ ਹੈਗਾ। ਤੇ ਲਾਸਟ ਵਾਰ ਦਾ ਸਾਗ ਹੈ, ਮਾਤਾ ਕਹਿੰਦੀ ਵੀ ਲਿਆਈ, ਚੱਲ ਬਣਾ ਲੂ। ਮਨੇ ਨੂੰ ਤੇਜ਼ਾਬ ਦੀ ਪ੍ਰੋਬਲਮ ਹੈ, ਇੱਕ ਇਹਨੇ ਤਲੀਆਂ ਪਚੀਜ਼ਾਂ ਵੀ ਬੰਦ ਕਰਤੀਆਂ, ਕਹਿੰਦਾ ਮੈਂ ਅਤੇ ਸਾਗ ਵੀ ਨਹੀਂ ਖਾਂਦਾ। ਅਤੇ ਫਿਰ ਅਸੀਂ ਬਣਾ ਲੈਂਦੇ ਤਾਂ ਬੀਬੀ ਕਹਿੰਦੀ ਵੀ ਲਿਆਈ ਉੱਥੇ ਦੇ। ਬੀਬੀ ਕਿੱਥੇ? ਬੀਬੀ ਦਊਂਗੀ ਹੁਣ ਸਾਗ ਤੋੜ ਕੇ, ਮੈਂ ਬੀਬੀ ਤੋੜੂਗੇ। ਮਨੇ ਲਾਈਟ ਹੈਗੀ ਆ ਅਤੇ ਬਰਸੀਨ ਭਰ ਲਿਆ, ਹਾਲੇ ਕਣਕ ਨੂੰ ਦੇਖ ਕੇ ਪਾਣੀ ਲਾਉਂਗੇ, ਕਿਉਂਕਿ ਜੇ ਕਵਾ ਗਿਰ ਗਈ ਨਾ ਫਿਰ ਨੁਕਸਾਨ ਜਿਹਾ ਹੋ ਜਾਂਦਾ ਕਿ ਨਹੀਂ, ਫਿਰ ਉੱਠਦੀ ਔਖੀ। ਪਤਾ ਨਹੀਂ ਕਹਿੰਦਾ ਰੱਬ ਨੇ ਹੀ ਲਾ ਦੇਣਾ ਆਹ ਪੱਟੀ, ਮੈਂ ਕਹਿੰਦਾ ਹਲਦੀ। ਮੈਨੂੰ ਕਿੰਨੇ ਸਾਲ ਬਾਅਦ ਪੱਟੀ ਇਹ, ਹੁਣੇ ਲਾਈ ਦੀ ਇਹਦੇ ਵਾਲੀ ਹਲਦੀ ਤਾਂ ਬਾਈ ਠੀਕ ਆ ਮੰਨੇ ਵਾਲੀ, ਜਿਹੜੀ ਕਰਮਜੀਤ ਨਾਲੀ ਤੀ ਉਹ ਥੋੜ੍ਹੀ ਜਿਹੀ ਦੂਈ ਤੀ। ਬਈ ਆਹ ਹੈ ਮਨੇ ਦੀ ਮੋਟਰ, ਇਹਦਾ ਵੀ ਥੋੜ੍ਹਾ ਜਿਹਾ ਕੰਮ ਹਾਲੇ ਰਹਿੰਦਾ ਏ, ਕਿਉਂਕਿ ਜਿੱਦਣ ਕਨੈਕਸ਼ਨ ਮਿਲ ਗਿਆ ਫਿਰ ਬੀਬੀ ਕਹਿੰਦੀ ਉੱਧਰ ਹੀ ਕਰਾਉਣਾ। ਉੱਧਰ ਬੀਬੀ ਆਈ ਵੀ ਨਾਲ 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 ਸਫਾਈ ਕਰਨ ਲੱਗੀ ਵੀ ਹੈ। ਬੀਬੀ ਸਫਾਈ ਕੰਡੇ, ਇਹ ਕੰਡੇ ਕਾਹਦੇ ਹੋਏ ਨੇ ਬੀਬੀ? ਆਹ ਕੰਡੇ ਬਹੁਤ ਹੁੰਦੇ ਸਾਡੇ ਲਈ ਸਾਈਡ, ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹ ਕੰਡਾ ਖਤਮ ਕਿਵੇਂ ਹੋਊਗਾ। ਮਨੇ ਨੀ ਮੋਟਰ ਭਰੀ ਪਈ ਹੈ, ਦੇਖ ਲਓ ਕੰਡਿਆਂ ਗੱਲ। ਚੱਲ ਬੀਬੀ ਦੱਸ ਫਿਰ ਸਾਗ ਕਿੱਥੇ ਆ ਤੋੜਾਂ? ਅੱਜ ਤਾਂ ਬਾਈ ਫਸਾਏ ਲਿਆ ਇਹਨਾਂ ਨੇ, ਸਾਗ ਲੈਣ ਆਇਆ ਤਾ, ਕਹਿੰਦੇ ਪਹਿਲਾਂ ਕੱਖ ਫੜਾ, ਤੂੜੀ ਚਕਾ, ਫੇਰ ਸਾਗ ਮਿਲਣਾ ਹੈ। ਮਨੇ ਇੰਨੀ ਸਜ਼ਾ ਕਾਹਦੇ ਬਾਈ? ਬਾਈ ਬੀਬੀ ਸਜ਼ਾ ਲਾ ਕੇ ਗਈ ਹੈ, ਬੀਬੀ ਕਹਿੰਦੀ ਮੈਂ ਤੈਨੂੰ ਸਾਗ ਤੋੜ ਕੇ ਦੇ ਦੂਗੀ, ਮੇਰੇ ਵਾਲੇ ਕੰਮ ਤੈਨੂੰ ਕਰਨੇ ਪੈਣੇ। ਤਾਂ ਮਨੇ ਗੱਲ ਤਿੰਨ ਪੰਡਾਂ ਪੜਾਉਣੀਆਂ ਪੈਣੀਆਂ ਹੁਣ ਮਨੇ ਕਾਹਦੀਆਂ? ਮਨੇ ਨੇ ਬਾਈ ਸਜ਼ਾ ਲਾਤੀ ਮੈਨੂੰ, ਮਨੇ ਜ਼ਰੂਰੀ ਹੈ ਸਜ਼ਾ, ਫ੍ਰੀ 'ਚ ਕੁਛ ਨਹੀਂ ਮਿਲਦਾ ਬਾਈ, ਮਿਹਨਤ ਕਰਨੀ ਪੈਂਦੀ ਹੈ। ਹਾਂ ਹੁਣ ਸਾਗ ਵੀ ਬਾਈ ਸੀਰਿਆਂ ਦੇ ਭਾਅ ਮਿਲਦਾ, ਕਿਸੇ ਕਿਸੇ ਕੋਲ ਰਹਿ ਗਿਆ ਖੜਾ, ਮਨੇ ਇਹਨਾਂ ਨੇ ਰੱਖਿਆ ਵੈ 2 ਨੰਬਰ 'ਚ, ਬਲੈਕ 'ਚ ਵੇਚਦੇ।
ਹਾਲੇ ਟਾਈਮ ਤੇ ਸਾਗ ਬਹੁਤ ਔਖਾ ਮਿਲਦਾ ਹੈ, ਕਿਸੇ ਕਿਸੇ ਕੋਲ ਹੈ ਜਿਹਨੂੰ ਮਿਲਦਾ ਹੈ, ਨਸੀਬ ਹੁੰਦਾ ਹੈ। ਸਾਡੇ ਵਾਲੇ ਬੰਨੇ ਕੇ ਟੱਕਾ ਨਹੀਂ ਰਿਹਾ। ਚਲੋ ਰਲ ਮਿਲ ਕੇ ਵੱਢ ਲਿਆ ਵੀਰੇ, ਇਹਦਾ ਵੀ ਟਾਈਮ ਪਾਸ ਹੋ ਗਿਆ, ਮੇਰਾ ਵੀ ਹੋ ਗਿਆ। ਮੌਸਮ ਵੀ ਠੀਕ ਅੱਜ, ਮਨੇ ਦੇ ਘਰ ਬਾਈ ਆਉਣਾ ਰਿਸ਼ਤੇਦਾਰਾਂ ਨੇ, ਉਹਦਾ ਫੋਨ ਆ ਲਿਆ, ਮਨੇ ਦੀ ਆਉਣਾ ਸਿਸਟਰ ਨੇ, ਕਹਿੰਦੀ ਵੀ ਅਸੀਂ 2 ਘੰਟੇ ਤੱਕ ਕਹਿਣਾ, ਮਨਾ ਕਹਿੰਦਾ ਫਟਾਫਟ ਕੰਮ ਨਿਬੇੜ ਕੇ ਚੱਲੀਏ ਘਰ ਨੂੰ, ਹੈ ਨਾ। ਉਹ ਜੀ ਪਾਣੀ ਵੀ ਛੱਡਿਆ ਮੈਂ ਬਰਸੀਨ ਨੂੰ, ਨਾਲ ਦੀ ਨਾਲੇ ਦੋਹੇ ਕੰਮ ਹੋ ਰਹੇ ਆ। ਉੱਧਰ ਝੂਟਾ ਝੂਟਾ ਬਾਈ ਝੂਟਾ ਨਾ ਬਾਈ, ਮੈਂ ਬੰਦਾ ਝੂਟਾ ਝੂਟਣਾ ਤੁਸੀਂ ਹੋ ਬਾਈ, ਵੀ ਦੋ ਲੱਤਾਂ ਵਾਲੇ ਤੂੰ। ਜਾਨਵਰ ਬਣਾਈ ਜਾਂਦੇ ਉੱਧਰ, ਦੇਖ ਲੈ ਜਾਨਵਰ ਐਵੇਂ ਮਰ ਜਾਂਦਾ ਬਣੇ। ਨਿੰਮਾ ਬਣਾ ਨਿੰਮਾ ਨਾ ਬਾਈ, ਸਾਂਝਾ ਝੋਟਾ ਪਿੰਡਦਾ ਮੈਨੂੰ ਕਹੇ, ਸਾਂਝਾ ਬੰਦਾ ਬਾਈ ਝੋਟਾ ਉਹਦਾ ਨਿੰਮੇ ਨੂੰ ਪਤਾ ਹੋਊਗਾ ਕਿ ਬਈ ਜਾਂਦਾ ਬੰਦਾ ਇਹਦਾ ਬਾਈ ਫਿਲਮ ਵਾਲੇ ਰੋਲ ਹੈ ਫਿਲਮਾਂ 'ਚ ਕੀ ਕਰਦੇ ਨਾ ਝੋਟਾ ਕਟਰੂ ਬਛੜੂ ਨਹੀਂ ਜੱਟ ਦਾ ਝੋਟਾ ਹੈ ਉਹ ਬਾਈ ਦੋ ਬੰਦਾ ਪਾ ਲੀਆਂ। ਜਿਹੜਾ ਬਾਰ ਬਾਰ ਕਹੀ ਜਾਂਦਾ ਇਹ ਕਿੱਡਾ ਕੁ ਹੋ ਗਿਆ, ਧੋਖਾ ਹੋ ਗਿਆ ਬਾਈ, ਇਹ ਉੱਠਿਆ ਨੀ ਹੈਗਾ, ਪਾਣੀ ਨੀ ਇਹਨੂੰ ਟਾਈਮ ਕੇ ਲੱਗਿਆ, ਅੱਜ ਲਾਇਆ ਪਾਣੀ, ਉੱਠਿਆ ਨੀ ਹੈਗਾ, ਇੰਨੇ ਪਾਣੀ ਦੇ ਕੱਖ ਵੀ ਲਏ, ਵੱਢ ਰੇੜੇ ਤੇ ਉੱਪਰ ਲਏ ਲੱਦ, ਬੱਚਾ ਹਲੇ ਬੈਠਾ ਏ, ਤੂੜੀ ਦੀ ਤਿਆਰੀ ਚੱਲ ਰਹੀ ਆ, ਉੱਧਰ ਤੂੜੀ ਪੈ ਰਹੀ ਆ, ਤੂੜੀ ਜਦੋਂ ਪੈ ਗਈ ਅੰਡਾ ਲੱਦ ਕੇ ਫਿਰ ਚੱਲੀਏ ਘਰ ਨੂੰ। ਤੇ ਮਨੇ ਨਾਲ ਰਿਸ਼ਤੇਦਾਰ ਵੀ ਆ ਗਏ, ਉਹ ਖੇਤਾਂ 'ਚ ਆ ਗਏ ਤੇ ਉਹ ਸਾਹਮਣੇ ਗੱਡੀ ਖੜੀ ਆ, ਤੇ ਬੀਬੀ ਗਈ ਹੁਣ ਉਹਨਾਂ ਕੋਲ, ਘਰ ਨੂੰ ਜਾਊਂਗੀ ਕਿਉਂਕਿ ਘਰ ਹੈ ਨਹੀਂ ਕੋਈ, ਦੋ ਬੰਦੇ ਕਿ ਨਹੀਂ ਮਨੇ, ਦੋਹੇ ਖੇਤ 'ਚ, ਐਤਵਾਰ ਦਾ ਹੀ ਲਾਹਾ ਆਉਂਦਾ ਵੀ ਐਤਵਾਰ ਨੂੰ ਕੰਮ ਕਰ ਲਈਏ, ਤਾਂ ਕਰਕੇ ਉਹ ਦੇਖੋ ਉੱਧਰ ਬੱਚਾ ਵੀ ਖੜਾ ਹੋ ਗਿਆ, ਉਹਨੂੰ ਵੀ ਪਤਾ ਲੱਗ ਗਿਆ ਵੀ ਜਾਣ ਦਾ ਟਾਈਮ ਹੋ ਗਿਆ। ਅਤੇ ਪੰਡ ਵੀ ਪੈ ਗਈ ਇੱਕ, ਪਾ ਕੇ ਪੰਡਾ ਰੇੜੇ 'ਤੇ ਲੱਦੀਏ, ਚਾਰ ਪੰਡਾ ਉੱਪਰ ਰੱਖ ਕੇ ਵਿਹਲੇ, ਫਿਰ ਸ਼ਾਮ ਦਾ ਕੰਮ ਨਿਬੜ ਗਿਆ, ਲੈਟ ਨੇ ਭੱਜ ਜਾਣਾ, ਜਿੰਨਾ ਕੁ ਭਰਿਆ ਤਾਂ ਬਰਸੀਨ ਭਰ ਜਾਣਾ। ਧੁੱਪ ਵੀ ਬਹੁਤ ਆ ਗਈ ਦੇਖੋ, ਗਰਮੀ ਵੀ ਆ ਗਈ, ਖੇਤਾਂ 'ਚ ਆਏ ਪਿਆ, ਨੱਕ ਪਰ ਕਿਹੜੇ ਹਿਸਾਬ ਨਾਲ ਗਰਮੀ ਹੈ। ਅਤੇ ਇੱਧਰ ਬੀਬੀ ਆਪਣਾ ਕੰਮ ਕਰ ਗਈ, ਸਾਗ ਤੋੜ ਕੇ ਦੇ ਗਈ, ਆਪਿਆ ਬੋਲਟ ਤੋਂ ਪਟੰਗਿਆ ਪਿਆ, ਅਤੇ ਮੈਂ ਆਪਣਾ ਕੰਮ ਕਰਾਤਾ, ਅਤੇ ਬੀਬੀ ਤੋੜ ਕੇ ਦੇ ਗਈ ਸਾਗ, ਉਹ ਸਾਹਮਣੇ ਗਈ ਬੀਬੀ ਗੱਡੀ 'ਚ ਬਹਿ ਕੇ, ਅਤੇ ਮਨਾ ਬੜਿਆ ਵਾ ਕੁੱਪ ਦੇ ਵਿੱਚ, ਹਨੇਰੀ ਥਾਲੀ ਪਈ ਆ, ਹਵਾ ਚੱਲ ਰਹੀ, ਤੁਸੀਂ ਦੇਖ ਸਕਦੇ ਕਣਕ ਹਿੱਲ ਰਹੀ ਆ ਮਾਰੋ ਮਾਰ, ਧੁੱਪ ਵੀ ਹੈ, ਮੌਸਮ ਸਹੀ ਜਾਂ ਨਹੀਂ ਹੈਗਾ ਜਿੱਦਾਂ ਨਾਲ ਚਾਹੀਦਾ ਹੈ। ਚਲੋ ਵੀਡੀਓ ਦੇ ਨਾਲੇ ਬਣੇ ਰਹੋ, ਸਾਡਾ ਕੰਮ ਜਾਰੀ ਹੈ। ਅਮਨੇ ਤੇ ਬਾਰਵਾਂ ਆਏ ਆ ਜੱਗੇ ਬਾਈ ਕੋਲ, ਤੇ ਇਹ ਕੁਛ ਬਰਸੀਨ ਵਾਇਆ, ਇਹਨੂੰ ਪੁੱਛਦੇ ਵੀ ਕਿਆ ਕਾਰਨ ਹੈ। ਹਾਂ ਬਾਈ ਕਿਵੇਂ ਆ, ਲੇਕਿਨ ਫਿਰ ਸੁੰਡੀ ਪੈ ਜਾਂਦੀ ਅੱਜ ਕੱਲ੍ਹ, ਐਂ ਦੱਸ ਵੀ ਤੇਰਾ ਹਾਲ ਕਿਵੇਂ? ਹਾਲ ਵਧੀਆ ਜੀ। ਹਾਂ ਹੁਣ ਦੱਸ, ਬਰਸੀਨ ਵੀ 2 ਕਿਆਰੇ ਵਾਹੇ ਆ, ਮੱਕੀ ਵੀ, ਬਾਜਰਾ ਬੀਜ ਦੇਣਾ, ਫਿਰ ਸੁੰਡੀ ਪੈ ਜਾਂਦੀ, ਇਕੱਠਾ ਵੱਢ ਵੀ ਨਹੀਂ ਹੁੰਦਾ, ਸਾਰਾ ਗਲ ਜਾਂਦਾ। ਘਰ ਦੇ ਕੋਲ ਬਰਸੀਨ ਬੀਜਿਆ ਵੇ, ਅੱਛਾ ਬਥੇਰਾ ਬਰਸੀਨ, ਤੇ ਹੁਣ ਕੀਤਾ ਕਿਆ ਬੀਜਣਾ? ਬਾਜਰਾ ਬੀਜਣਾ 600 ਵਾਲਾ, ਕਡਵਾਂਟਾ ਦਾ। ਹਾਂ 600 ਰੁਪਏ ਕਿਲੋ ਵਾਲਾ ਬਾਜਰਾ ਬੀਜਣਾ, ਅਗੇਤਾ ਕਹਿੰਦਾ ਵੀ ਉਹ ਹੋ ਜਾਂਦਾ ਵਧੀਆ ਹੁੰਦਾ, ਸੁੰਡੀ ਸਾਂਡੀ ਨਹੀਂ ਲੱਗਦੀ ਉਹਨੂੰ, ਤੇ ਹੁਣ ਸੁੱਕੂਗਾ ਘਰੇ, ਗਿੱਲਾ ਤਾਂ ਪਿਆ, ਬਸ 2 ਦਿਨ 'ਚ ਹਵਾ ਲੱਗ ਜਾਣੀ, ਅੱਜ ਫੁੱਲ ਤਾਂ ਮੌਸਮ ਥੋੜ੍ਹਾ ਜਿਹਾ ਖਰਾਬ ਨਹੀਂ ਤਾਂ 1 ਦਿਨ 'ਚ ਸੁੱਕ ਜਾਂਦਾ, ਧੁੱਪਾਂ ਬਹੁਤ ਪੈਂਦੀ, ਧੁੱਪਾਂ ਬਹੁਤ ਪੈਂਦੀ। ਮੌਸਮ 'ਚ ਅੱਗੇ ਕਿਆ ਕਹਿੰਦਾ ਮੀਂਹ? ਮੌਸਮ ਮੀਂਹ ਦੇਖਦੇ ਆ, 9 ਤਰੀਕ ਨੂੰ ਦੱਸਿਆ ਹੋਇਆ, ਬਾਕੀ ਪਤਾ ਨਹੀਂ ਹੁਣ ਕਿਆ ਬਣੂਗਾ ਬਾਈ। ਵੈਸੇ ਬਾਈ ਰੋਜ਼ ਡਰਾਬੇ ਦੇਈ ਜਾਂਦਾ, ਨਾ ਪਣਕਾਂ ਨੂੰ ਪਾਣੀ ਲਾਉਣ ਦਿੰਦਾ, ਇਹ ਪੈਂਦਾ ਹੈ ਨਹੀਂ, ਲਾਇਆ ਤਾਂ ਗਿਰ ਗਈ ਜੱਗੇ ਦਾ ਬਾਈ, ਡੈਮੋ ਦੇਖ ਰਿਹਾ ਤੁਸੀਂ, ਪਾਣੀ ਲਾਇਆ ਤਾਂ ਗਿਰ ਗਈ, ਰਿਸਕੇ ਆ, ਦੇਖ ਕੇ ਲਾਇਓ ਆਪਣਾ। ਅਤੇ ਬਾਕੀ ਬਾਈ ਟਾਈਮ ਆ ਹੁਣ, ਬਰਸੀਨ ਹੋ ਜਾਣੇ ਖਰਾਬ, ਇਹ ਕਹਿੰਦਾ ਘਰ ਕੋ ਹੈਗਾ, ਇਹ 2 ਵੱਢਾ ਲੈਣੇ ਆ, ਉਹਨੇ ਨੂੰ ਉਹ ਵੀ ਤਿਆਰ, ਇਹ ਝੰਡਾ ਲਾ ਤਾ, ਕਹਿ ਗੱਲਾਂ ਤਰੱਕੀ ਕਰ ਗਿਆ, ਝੰਡਾ ਲਾ ਤਾ ਜੱਗੇ ਨੇ ਬਾਈ, ਕੋਠੇ 'ਤੇ ਝੰਡਾ ਲਾ ਤਾ, ਜੇ ਇੱਧਰ ਨੂੰ ਗੇੜਾ ਵੱਜਿਆ ਤਾਂ ਤੁਹਾਨੂੰ ਝੰਡਾ ਵੀ ਦਿਖਾ ਦਿੰਦੇ। ਚੱਲ ਠੀਕ ਆ ਬਾਈ, ਆਹ ਹਾਲ ਹੋ ਜਾਂਦਾ ਜੀ, ਪਾਣੀ ਲਾ ਕੇ ਦੇਖ ਲਓ, ਇੱਦਾਂ ਗਿਰ ਜਾਂਦੀ ਹੈ, ਅਤੇ ਸਾਹਮਣੇ ਹੋ ਜਾਂਦੀ ਔਖੀ। ਜੱਗੇ ਨੇ ਵਾਹ ਤਾ ਬਰਸੀਨ, ਕਿਉਂਕਿ ਰਹਿ ਗਿਆ ਤਾਂ ਇਹ ਸਿੱਧਾ, ਆਹ ਦੇਖੋ ਵਾਹ ਛੱਡਿਆ ਬਰਸੀਨ, ਦੇਖ ਲਓ ਕਣਕ ਦਾ ਹਾਲ ਇੱਦਾਂ ਗਿਰ ਜਾਂਦੀ ਹੈ। ਉਹ ਜਮਾਂ ਹੀ ਲੋ ਗੇਰਮਾਂ ਵਾਹ ਰਿਹਾ, ਸਭ ਤੋਂ ਛੋਟੇ ਗੇਰਮਾਂ,
जिन्ना हौली रखोगे उन्नी मलाई करता है, खेत भी गिला हो गया।